यूनिवर्सिटी नहीं है, स्कूलों के विच साइंस नहीं पढ़ाई जाती, मेडिकल नहीं पढ़ाया जाता, फिर साढ़े न्याणे डॉक्टर और इंजीनियर कर बन गए। सारा सिस्टम तहस नहस है। मैं 15 साल पहले चमकौर साहब जाके इलेक्शन लड़िया, उदो उत्थे यही हाल सी। अज चमकौर साहब के 42 एकड़ च 500 करोड़ रुपया ला के यूनिवर्सिटी बन रही, जिसे दो कॉलेज बन रहे हैं, अंडरब्रिज बन रहा है, सड़क चौड़िया हो रही है, चमकौर साहब दुकाना पर मार्बल लगाया जा रहा है सुंदर बनाने वास्ते, क्योंकि शहीदा सिंह की जगह है। ये विकास के काम होंगे, स्कूलों को स्मार्ट स्कूल बना दे, स्कूलों के साइंस टीचर आ गए, अंग्रेजी के टीचर आ गए, लेकिन अपना इलाका इन चीजा तो वांझा रहा हो। एक मजबूत नेतृत्व की लोड़ है इलाके दे विच, पहला पटौड़ी नहीं पूरे मार्गे दे विच किसी ने संभालिया नहीं, लेकिन खास तौर पर अपना इलाका ज्यादातर अकाली या आम आदमी एमएलए रहे, लेकिन संभाल नहीं हुई। पेंशन पूरी नहीं लगिया हुई, बीमे कार्ड पूरे नहीं बने हुए, लोगों को राहत नहीं मिल रही, लोगों को पढ़ाई नहीं मिल रही, आटा दाना नहीं सरना, चंगी पढ़ाई साढ़े बच्चों को चाहिए है। चंगे हस्पताल चाहिए है जिथे असी इलाज करा सकी, यूनिवर्सिटियां चाहिए नौजवानों वास्ते, कॉलेज चाहिए नौजवानों वास्ते, इंडस्ट्री की लोड़ है जिथे नौजवान काम कर सकन, ये सारिया चीजा तो ताजा रह गई। मैं उम्मीद जगा सुदीप साहब बोल रहे थी, वो कहते जी ये अला दिन का चिराग आ गया, अला दिन का चिराग मैं नहीं है, मुख्यमंत्री की कुर्सी है जी, अच पढ़ाने बैठने मिलती है, कृपा करो संभालो, मैं मैं थोड़ी शरण में आ गया, मैं बोल दे लो, मैं थोड़ा बन के इतनी रहा जाता है। Thank you.
ਕਰਕੇ ਇਹ ਮੇਰੀ ਜ਼ਿੰਮੇਵਾਰੀ ਹੈ। ਤੁਸੀਂ 70 ਸਾਲਾਂ 15 ਬੰਦੇ ਨੂੰ ਜਾ ਦੇਖ ਲਿਆ, ਇੱਕ ਵਾਰ ਮੈਨੂੰ ਦੇਖ ਲਓ। ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਵਾਲਾ ਉਮੀਦਵਾਰ ਵਧੀਆ ਹੈ, ਅਕਾਲੀਆਂ ਦਾ ਉਮੀਦਵਾਰ ਵਧੀਆ, ਮੇਰੇ ਨਾਲ ਵਧੀਆ ਵਿਕਾਸ ਕਰਾਏਗਾ, ਜ਼ਰੂਰ ਪਾ ਦੇ। ਲੇਕਿਨ ਮੈਂ ਜਜ਼ਬੇ ਦੇ ਨਾਲ ਆਇਆ, ਮੈਂ ਸੋਚ ਦੇ ਨਾਲ ਆਇਆ, ਮੈਂ ਇਸ ਏਰੀਏ ਨੂੰ ਅੱਗੇ ਲੈ ਕੇ ਜਾਣਾ ਹੈ, ਮੈਂ ਉਸ ਸੋਚ ਦੇ ਨਾਲ ਆਇਆ। ਜੇਕਰ ਮੇਰੇ ਇਲਾਕੇ ਵਿੱਚ ਜਿਹਨੂੰ ਪਿਛੜਿਆ ਵਾ ਸਮਝਿਆ ਜਾਂਦਾ ਸੀ, ਤੁਹਾਡੇ ਨਾਲੋਂ ਵੀ ਪਿਛੜਿਆ ਵਾ। ਉਹਦੇ ਚ ਯੂਨੀਵਰਸਿਟੀ ਬਣ ਰਹੀ ਹੈ, ਕਾਲਜ ਬਣ ਰਹੇ ਹੈ, ਅੰਡਰਬ੍ਰਿਜ ਬਣ ਰਹੇ ਹੈ, ਸੜਕਾਂ ਚੌੜੀਆਂ ਹੋ ਰਹੀਆਂ, ਸੌ ਸੌ ਫੁੱਟੀਆਂ। ਫਿਰ ਤਾਂ ਤੁਸੀਂ ਮੈਨੂੰ ਪੱਟ ਲਓ, ਇੱਕ ਵਾਰ ਪਤਾ ਕਰੋ ਚਮਕੌਰ ਸਾਹਿਬ ਦੇ। ਇਸ ਲਈ ਸਤਿਕਾਰਯੋਗ ਵੀਰੋ, ਮੈਂ ਪਿਛਲੇ ਦਿੱਤੀ ਆਇਆ, ਮੈਂ ਕੋਈ ਜਿੱਤਣ ਵਾਸਤੇ ਹੀ ਇੱਥੇ ਆਇਆ। ਕਾਂਗਰਸ ਇੱਥੇ ਜਿੱਤਦੀ ਹੋਣੀ ਹੈ, ਤੁਸੀਂ ਪਹਿਲੀ ਵਾਰ ਜਿਤਾਉਣ ਵਾਲੋ ਯਾਰ ਸੇਖ ਸਾਹਿਬ ਜਿੱਤੇ ਸੀ, ਪਰ ਮੈਂ ਇੱਕ ਜਜ਼ਬਾ ਲੈ ਕੇ ਆਇਆ ਤੁਹਾਡੇ ਵਿੱਚ। ਇਹ ਜਜ਼ਬੇ ਦਾ ਤੁਸੀਂ ਪਿਆਰ ਕਰੋ, ਸਤਿਕਾਰ ਕਰੋ। ਇਹ ਜਿਹੜਾ ਮੁੱਖ ਮੰਤਰੀ ਵਾਲਾ ਜੀ ਦਾ ਚਿਰਾਗ ਹੈ, ਇਹਨੂੰ ਝਾੜੇ ਦੇ ਪੈਸੇ ਮਿਲਦੇ। ਇਹ ਮੈਂ ਆਪਣੇ ਪਿੰਡਾਂ ਦੇ ਵਿੱਚ ਗੇਰਨਾ ਚਾਹੁੰਦਾ, ਗਰੀਬਾਂ ਦੀ ਮਦਦ ਕਰਨਾ ਚਾਹੁੰਦਾ, ਕਿਸਾਨਾਂ ਦੀ ਮਦਦ ਕਰਨਾ ਚਾਹੁੰਦਾ, ਤੁਹਾਡੇ ਨਾਲ ਖੜਨਾ ਚਾਹੁੰਦਾ, ਤੁਹਾਡਾ ਪਿਆਰ ਭਾਲਦਾ, ਤੁਹਾਡਾ ਸਤਿਕਾਰ ਭਾਲਦਾ, ਤੁਹਾਡੇ ਕਨੈਕਸ਼ਨ ਨੂੰ ਭਾਲਦਾ। ਸੋ ਮੈਂ ਉਮੀਦ ਰੱਖਦਾ ਕਿ ਤੁਸੀਂ ਇੱਕ ਇੱਕ ਵੋਟ ਪੰਜਾਬ ਚੋਣਾਂ ਤੇ ਪਾਓ, ਤਾਂ ਕਿ ਇੱਕ ਨਵਾਂ ਪਦੌੜ ਹਲਕਾ, ਇੱਕ ਨਵੀਂ ਸੋਚ ਇੱਥੋਂ ਨਿਕਲੇ, ਜਿਹਦੇ ਨਾਲ ਆਪਣੇ ਇਲਾਕੇ ਦੀ ਤਰੱਕੀ ਹੋਵੇ। ਇਹ ਮੇਰਾ ਇਲਾਕਾ ਹੈ, ਤੁਸੀਂ ਦੇ ਦਿਓ, ਤੁਸੀਂ ਤੁਹਾਨੂੰ ਸੰਭਾਲਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸੋ ਪੰਜਾਬ ਚੋਣਾਂ ਨੂੰ ਲੈ ਕੇ ਸੀਐਮ ਚੰਨੀ ਵੱਲੋਂ ਪ੍ਰਚਾਰ ਪ੍ਰਸਾਰ ਤੇਜ਼ ਹੈ। ਹਲਕਾ ਭਦੌੜ ਦੇ ਵਿੱਚ ਮੁੱਖ ਮੰਤਰੀ ਪਹੁੰਚੇ ਚੋਣ ਪ੍ਰਚਾਰ ਦੇ ਲਈ। ਇਸ ਦੌਰਾਨ ਵਿਰੋਧੀਆਂ ਨੂੰ ਖੂਬ ਨਿਸ਼ਾਨੇ ਤੇ ਵੀ ਲਿਆ ਤੇ ਨਾਲ ਹੀ ਭਦੌੜ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਬਦਲਾਅ ਦੀ ਗੱਲ ਹੋ ਰਹੀ ਹੈ, ਮੈਂ ਬਦਲਾਂਗਾ, ਮੈਨੂੰ ਚੁਣੋ, ਮੈਂ ਬਦਲਾਅ ਲੈ ਕੇ ਆਵਾਂਗਾ। ਉਹਨਾਂ ਨੇ ਕਿਹਾ ਭਦੌੜ ਮੇਰਾ ਇਲਾਕਾ ਹੈ, ਤੁਸੀਂ ਮੇਰੇ ਲੋਕ ਹੋ, ਪੂਰਾ ਪੰਜਾਬ ਮੇਰਾ ਹੈ, ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।